जिस तरह किसानी संघर्ष निरंतर जारी है, जिहड़ा गर्मियां दा सीजन शुरू हो चुका है, लगातार 3 महीने हो चुके हैं दिल्ली किसान मोर्चे नूं, ते तुसीं देख सकते हो कि जिस तरह किसानां दी सहूलत लई हरेक जिहड़ा कोई ना कोई संघर्ष विच जिहड़ा योगदान भी पाया जा रहा, हरेक व्यक्ति इस दे विच अगे आ रहा। हुण जिहड़ा लुधियाणा दे एक कारीगर वल्लों किसानां दी सहूलत लई एक जिहड़ी ट्राली तैयार की गई है, एक विलक्षण ट्राली आ, तुसीं देख सकते हो कि ट्राली का जिहड़ा नज़ारा, जिस दे विच एक कैबन तैयार किया गया जिस दे विच हरेक सहूलत जिहड़ी तुहानूं घर वाली सहूलत मिलेगी, जिस तरह इस दे विच एक एसी का भी अरेंजमेंट किया गया, ते नाल उस दे नाल जिहड़े पखे भी ने, इस दे विच एक सीसीटीवी कैमरे की भी सहूलत आ, इस तों अलावा जिहड़े बिजली दे जिहड़े सर्कट भी इस दे विच दित्ते गए ने, इस दे विच जिहड़ी एलसीडी की भी सुविधा दित्ती जा सकती है, नाल दी नाल जिहड़े इत्थे बैड ने वह भी इत्थे मौजूद ने, तुसीं देख सकते हो जो सैटीज़ दे विच लगाईआं गईआं ने, जिस दे विच आराम नाल जिहड़ी एक मीटिंग भी हो सकती है, जिस दा प्रबंध हो सकता है, ते जिहड़ा गर्मियां दे दिन ने उस दे विच जिहड़ी इह ट्राली आ जिहड़ी इक जिहड़ा कैबिन आ ਉਹ ਕਾਫੀ ਜਿਹੜਾ ਲਾਭਦਾਇਕ ਸਿੱਧ ਹੋਏਗਾ। ਸਾਡੇ ਨਾਲ ਉਹ ਇੰਜੀਨੀਅਰ ਉਹ ਜਿਹੜੇ ਕਾਰੀਗਰ ਮੌਜੂਦ ਨੇ ਜਿਨ੍ਹਾਂ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਤੇ ਜਿਹੜੀ ਇਹ ਵਿਲੱਖਣ ਟਰਾਲੀ ਤਿਆਰ ਕੀਤੀ ਗਈ ਆ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਕਿਸਾਨੀ ਸੰਘਰਸ਼ ਚੱਲ ਰਿਹਾ, ਹਰੇਕ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਸਹਿਯੋਗ ਦੇ ਰਿਹਾ, ਤੇ ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਵੀ ਉੱਥੇ ਕਾਫੀ ਕੰਬਲ ਭੇਜੇ ਗਏ, ਹੁਣ ਜਿਹੜੀਆਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਹੁਣ ਵੀ ਉੱਥੇ ਏਸੀਆਂ ਦੀ ਮੰਗ ਆ, ਤੇ ਤੁਹਾਡੇ ਵੱਲੋਂ ਇੱਕ ਟਰਾਲੀ ਤਿਆਰ ਕੀਤੀ ਗਈ ਆ, ਤੇ ਕੀ ਕਿਸ ਤਰ੍ਹਾਂ ਦਾ ਸਹਿਯੋਗ ਤੁਹਾਡੇ ਵੱਲੋਂ ਦਿੱਤਾ ਜਾਏਗਾ? ਸਰ ਦੇਖੋ, ਪਹਿਲਾਂ ਤਾਂ ਮੈਂ ਮੇਰਾ ਸਾਰਾ ਕਾਰੋਬਾਰ ਹੀ ਕਿਸਾਨਾਂ ਨਾਲ ਜੁੜਿਆ ਹੋਇਆ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਮੈਂ ਦੇਖਿਆ ਵੀ ਇਹ ਚੀਜ਼ ਵੀ ਆਪਾਂ ਨੂੰ ਬਣਾਉਣੀ ਚਾਹੀਦੀ ਆ। ਮੈਂ ਕੋਸ਼ਿਸ਼ ਕੀਤੀ ਵੀ ਇੱਕ ਵਧੀਆ ਚੀਜ਼ ਬਣਾਈ ਜਾਵੇ ਜਿੱਥੇ ਆਪਾਂ ਆਰਾਮ ਨਾਲ ਬਹਿ ਸਕੀਏ, ਗੱਲਬਾਤ ਕਰ ਸਕੀਏ, ਅਤੇ ਜਿੱਥੇ ਸੇਫ ਹੋਈਏ ਆਪਾਂ। ਕਿਹੜੀਆਂ ਮੁੱਖ ਸਹੂਲਤਾਂ ਜਿਹੜੀਆਂ ਇਸ ਟਰਾਲੀ ਦੇ ਵਿੱਚ ਦਿੱਤੀਆਂ ਗਈਆਂ? ਸਰ, ਇਹਦੇ ਵਿੱਚ ਆਪਾਂ ਪੱਖੇ ਲਾਏ ਨੇ, ਲਾਈਟਾਂ ਲਾਈਆਂ ਨੇ, ਸੋਲਰ ਸਿਸਟਮ ਹੈਗਾ ਵਾ, ਏਸੀ ਲੱਗਿਆ ਹੋਇਆ ਵਾ, ਬਾਕੀ ਵਧੀਆ ਕਾਟਨ ਲੱਗੇ ਹੋਏ ਨੇ, ਬੈਠਣ ਵਾਸਤੇ ਆਰਾਮਦਾਇਕ ਸੋਫਾ ਹੈਗਾ ਵਿੱਚ ਇਹਦੇ। ਅਤੇ ਜਿਹੜੀ ਇਲੈਕਟ੍ਰਿਸਿਟੀ ਦੀ ਲੋੜ ਪਏਗੀ, ਉਹ ਆਪਾਂ ਇੱਥੇ ਸੋਲਰ ਸਿਸਟਮ ਲਾਇਆ ਹੋਇਆ ਵਾ, ਸੋਲਰ ਨਾਲ ਆਪਣੇ ਪੱਖੇ ਲਾਈਟਾਂ ਆਰਾਮ ਨਾਲ ਚੱਲਣਗੇ, ਕੋਈ ਕੰਪਿਊਟਰ ਲੈਪਟਾਪ ਆਪਾਂ ਅੰਦਰ ਲਾਉਣਾ ਵਾ ਉਹ ਆਪਣਾ ਬਿਨਾਂ ਰੋਕ ਟੋਕ ਤੋਂ ਚੱਲ ਸਕਦਾ ਵਾ, ਬਾਕੀ ਏਸੀ ਵਾਸਤੇ ਆਪਾਂ ਨੂੰ ਥੋੜ੍ਹਾ ਜਿਹਾ ਲਾਈਟ ਦੂਸਰੀ ਚਾਹੀਦੀ ਹੈ ਬਿਜਲੀ। ਹਾਂ, ਕਿੰਨੇ ਬੰਦਿਆਂ ਦਾ ਪ੍ਰਬੰਧ ਆ ਇਸਦੇ ਵਿੱਚ ਬੈਠਣ ਦੇ ਲਈ? ਇਹ 'ਚ 10-12 ਬੰਦੇ ਆਰਾਮ ਨਾਲ ਬਹਿ ਸਕਦੇ ਨੇ ਖੁੱਲ੍ਹੇ, ਜੇ ਰੈਸਟ ਵਗੈਰਾ ਕਰਨੀ ਹੈ ਇਸਦੇ ਵਿੱਚ ਬੈੱਡ ਦਾ ਵੀ ਜਿਹੜਾ ਪ੍ਰਬੰਧ ਹੋਏਗਾ? ਹਾਂ, ਉਹ ਆਪਣਾ ਨੈਕਸਟ ਸਟੈਪ ਹੋਊਗਾ, ਉਹਦੇ 'ਚ ਆਪਾਂ ਥੋੜ੍ਹਾ ਜਿਹਾ ਇਹਨੂੰ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਹੜੀ ਹੁਣ ਬਣਾਵਾਂਗੇ ਉਹ 'ਚ ਬੈੱਡ ਹੋਊਗਾ, ਵਾਸ਼ਰੂਮ ਦੀ ਸੁਵਿਧਾ ਵੀ ਰੱਖਾਂਗੇ, ਹੁਣ ਇਹਦੇ ਬਾਹਰ ਆਪਾਂ ਸ਼ੈਂਕ ਮਿਰਰ ਲਾਇਆ ਹੋਇਆ ਵਾ, ਬਕਾਇਦਾ ਹੱਥ ਧੋ ਕੇ ਬੰਦਾ ਆਪਣਾ ਪੱਗ ਵਗੈਰਾ ਬੰਨਣੀ ਹੈ ਬੰਦਾ ਬੰਨ ਸਕਦਾ ਆਰਾਮ ਨਾਲ। ਕਾਫੀ ਫਰਨਿਸ਼ਿੰਗ ਦਾ ਵੀ ਦੇਖ ਰਹੇ ਹਾਂ, ਡੈਕੋਰੇਸ਼ਨ ਦਾ ਵੀ ਦੇਖ ਰਹੇ ਹਾਂ, ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਕਿਸ ਤਰ੍ਹਾਂ ਜਿਹੜਾ ਮਾਈਂਡ ਦੇ ਵਿੱਚ ਆਇਆ ਇਸ ਤਰ੍ਹਾਂ ਦੀ ਡੈਕੋਰੇਸ਼ਨ ਵੀ ਹੋ ਸਕਦੀ ਹੈ ਇਹਦੇ ਵਿੱਚ? ਸਰ, ਦਰਅਸਲ ਮੈਨੂੰ ਸ਼ੁਰੂ ਤੋਂ ਸ਼ੌਂਕ ਇਸ ਕੰਮ ਦਾ, ਸਾਫ਼ ਸੁਥਰੇ ਕੰਮ ਕਰਨ ਦਾ, ਅਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਮੇਰਾ ਬੇਟਾ ਮੇਰੇ ਨਾਲ ਹੁੰਦਾ ਕੰਮ 'ਤੇ, ਇਹ ਸਾਰਾ ਜਿਹੜਾ ਅੰਦਰ ਇੰਟੀਰੀਅਰ ਦਾ ਕੰਮ ਹੋਇਆ ਹੋਇਆ ਇਹਦਾ ਕੀਤਾ ਹੋਇਆ ਵਾ, ਜਿੰਨਾ ਬਾਡੀ ਦਾ ਬਾਹਰਲਾ ਸਟਰਕਚਰ ਆ ਉਹ ਸਾਰਾ ਮੇਰਾ ਬਣਾਇਆ ਹੋਇਆ ਵਾ, ਇੰਟੀਰੀਅਰ ਇਸੇ ਦਾ ਕੀਤਾ ਹੋਇਆ। ਕਿੰਨਾ ਸਮਾਂ ਲੱਗ ਗਿਆ ਇਸ ਟਰਾਲੀ ਨੂੰ ਤਿਆਰ ਕਰਨ ਦੇ ਲਈ, ਅਤੇ ਕਿਸ ਤਰ੍ਹਾਂ ਕਿਸੇ ਨੇ ਕੋਈ ਆਰਡਰ ਦਿੱਤਾ ਸੀ ਜਾਂ ਆਪਣੇ ਆਪ ਦਿਮਾਗ ਦੇ ਵਿੱਚ ਆਇਆ ਇਸ ਤਰ੍ਹਾਂ ਕੰਮ ਕਰੀਏ? ਨਹੀਂ, ਮੇਰੇ ਦੋਸਤ ਨੇ ਇੱਕ ਡਾਕਟਰ, ਉਹਨਾਂ ਦਾ ਸੀਡਸ ਦਾ ਕੰਮ ਆ ਜ਼ਿਆਦਾ, ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਜੇ ਆਪਾਂ ਕੋਈ ਚੀਜ਼ ਵਧੀਆ ਬਣਾ ਸਕਦੇ ਹਾਂ ਤਾਂ ਬਣਾਉਣ ਦੀ ਕੋਸ਼ਿਸ਼ ਕਰੀਏ। ਫਿਰ ਮੈਂ ਕਿਹਾ ਵੀ ਆਪਾਂ ਫਾਰਮ ਦੇ ਉੱਤੇ ਧੁੱਪ ਦੇ ਵਿੱਚ ਇੰਨਾ ਕੰਮ ਕਰਦੇ ਹਾਂ ਵੀ ਆਪਾਂ ਕਿਉਂ ਨਾ ਇੱਕ ਕੋਈ ਇੱਦਾਂ ਦਾ ਆਫਿਸ ਬਣਾ ਲਈਏ ਵੀ ਜਿਹੜਾ ਤੁਰਦਾ ਫਿਰਦਾ ਹੋਵੇ, ਟਰਾਲੀ ਨੂੰ ਵੀ ਆਪਾਂ ਟਰੈਕਟਰ ਦੇ ਮਗਰ ਪਾ ਕੇ ਜਿਸ ਫੀਲਡ 'ਚ ਆਪਾਂ ਕੋਈ ਕੰਮ ਕਰਨਾ ਆਪਾਂ ਉਸੇ ਫੀਲਡ 'ਚ ਨੂੰ ਲਿਜਾ ਸਕੀਏ। ਲਾਈਟਾਂ ਵੀ ਲੱਗੀਆਂ ਗਈਆਂ ਨੇ ਇਹਦੇ ਵਿੱਚ, LED LCD ਸਾਰਾ ਕੁਝ ਤੁਸੀਂ ਪ੍ਰਬੰਧ ਵੀ ਦਿੱਤੇ ਨੇ, ਅਤੇ ਜਿਹੜੇ ਲੋਕ ਨੇ ਕਿਸ ਤਰ੍ਹਾਂ ਜਿਹੜਾ ਆਕਰਸ਼ਣ ਦਾ ਕੇਂਦਰ ਬਣੀ ਹੈ ਟਰਾਲੀ? ਸਰ, ਇਹ ਦਰਅਸਲ ਇਹ ਆਪਾਂ ਜੇ ਕਹੀਏ ਵੀ ਵਰਲਡ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ ਵੀ ਕਿਸੇ ਟਰਾਲੀ ਦੇ ਵਿੱਚ AC ਲੱਗਿਆ ਹੋਇਆ ਵਾ, ਲੋਕ ਟਰਾਲੀ ਨੂੰ ਐਵੇਂ ਸਮਝਦੇ ਵੀ ਟਰਾਲੀ ਆ ਟਰੈਕਟਰ ਵਾ, ਪਰ ਆਉਣ ਵਾਲੇ ਸਮੇਂ 'ਚ ਹੁਣ ਲੋਕ ਕਿਹਾ ਕਰਨਗੇ ਵੀ ਟਰਾਲੀ ਵੀ 5-star ਹੋਟਲ ਹੋ ਸਕਦਾ ਵਾ। ਕਿੰਨਾ ਇਹਦੇ 'ਤੇ ਖਰਚਾ ਆ ਜਾਂਦਾ ਜੇ ਆਪਾਂ ਇਸ ਕੈਬਨ ਨੂੰ ਤਿਆਰ ਕਰੀਏ? ਸਰ, ਹਜੇ ਐਸਟੀਮੇਟ ਤਾਂ ਮੈਂ ਖੈਰ ਪੂਰਾ ਲਾਇਆ ਨਹੀਂ ਹੈਗਾ, ਵੈਸੇ ਕੋਸਟਲੀ ਕੰਮ ਕਾਫੀ ਹੋ ਗਿਆ ਕਿਉਂਕਿ ਅੰਦਰ ਵੁੱਡਨ ਦਾ ਕੰਮ ਸਾਰਾ A-class ਆਪਾਂ ਕੀਤਾ, ਕਾਟਨ ਵੀ ਮਹਿੰਗੇ ਨੇ, ਫਿਰ ਬ੍ਰਾਂਡਡ AC ਲੱਗਿਆ ਹੋਇਆ, ਹਰ ਚੀਜ਼ 'ਚ ਬ੍ਰਾਂਡਡ ਲੱਗੀ ਹੋਈ ਆ। ਅਤੇ ਹੁਣ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ, ਕੀ ਇਹ ਜਿਹੜੀ ਟਰਾਲੀ ਆ ਹੁਣ ਦਿੱਲੀ ਵੀ ਪਹੁੰਚੇਗੀ ਇਸ ਨੂੰ ਲੈ ਕੇ? ਨਹੀਂ, ਹਜੇ ਕੋਈ ਇਰਾਦਾ ਨਹੀਂ, ਵੈਸੇ ਕੋਸ਼ਿਸ਼ ਕਰਾਂਗੇ ਵੀ ਇੱਕ ਗੇੜਾ ਜ਼ਰੂਰ ਲਾਇਆ ਜਾਵੇ ਤਾਂ ਕਿ ਕਿਸਾਨਾਂ ਦਾ ਹੌਸਲਾ ਅਫਜਾਈ ਹੋ ਸਕੇ। ਅਤੇ ਇਹ ਜਿਹੜੀ ਟਰਾਲੀ ਤਿਆਰ ਕੀਤੀ ਗਈ ਆ ਇੱਕ ਕਿਸਾਨਾਂ ਲਈ ਜਿਹੜਾ ਇੱਕ ਹੌਸਲਾ ਅਫਜਾਈ ਲਈ ਆ, ਕਿਉਂਕਿ ਜਿਹੜਾ ਗਰਮੀ ਦਾ ਜਿਹੜੀ ਤਪ ਦੀ ਜਿਹੜੀ ਧੁੱਪ ਆ ਉਹ ਤੋਂ ਬਚਾਅ ਦੇ ਲਈ ਜਿਹੜੀ ਇਹ ਟਰਾਲੀ ਤਿਆਰ ਕੀਤੀ ਗਈ ਆ। ਸਰ, ਜਿਹੜਾ ਵਿਦੇਸ਼ਾਂ ਤੋਂ ਵੀ ਤੁਹਾਨੂੰ ਇਸ ਨੂੰ ਲੈ ਕੇ ਜਿਸ ਤਰ੍ਹਾਂ ਇਹਦੇ ਵੀਡੀਓ ਵੀ ਵਾਇਰਲ ਹੋਏ ਨੇ, ਕੋਈ ਫੋਨ ਆਏ ਹੋਣੇ, ਕੋਈ ਆਰਡਰ ਆਏ ਹੋਣੇ? ਸਰ, ਵਿਦੇਸ਼ਾਂ ਦੀ ਤਾਂ ਗੱਲ ਆਪਾਂ ਜੇ ਕਰੀਏ ਤਕਰੀਬਨ ਹੋ ਸਕਦਾ ਵੀ ਹਿੰਦੁਸਤਾਨ ਦੇ
किसी कोने तो जिहड़ा भी कोई बंदा बाहर फॉरन च गया होगा मैनू हर बंदे दे फोन आए इंग्लैंड अमरीका कैनेडा दुबई जानी बहुत कंट्री यह जे ने जिहड़े मैं कदे नाम सुने भी नहीं सी उत्थों भी मैनू फोन आए मैनू लोगों ने बड़ी बधाइया दित्तियां भी बहुत चंगा काम किया तुसीं इह जे मान लो हुण लोंग स्केल ते इहदा जिहड़ा ऑर्डर मिलदा ते तुसीं कंप्लीट कर सकोगे किस तरह टारगेट लैके चलोगे उस काम नूं हजे थोड़ा जिहा समां लगू वैसे मैं सोचदा उस चीज़ के उत्ते भी आपां इहनूं ज़्यादा किद्दां बना सकते हैं आने वाले समय से आप बनावे ये ना भी वधिया बनगियां मेरे बहुत इदा के आड़तीए कंस्ट्रक्शन वाले मेरे मित्र ने वो मैं कहें भी आपस चाहिए होंगे ने इदा के भी आप होर होर रेनोवेट करिए वधिया सो तुसीं देख सकते हो कि एक जिहड़ा चलता फिरदा जिहड़ा ऑफिस तैयार किया गया जिस दे विच हरेक सहूलत दित्ती गई आ जिस दे विच लाइटां दा भी प्रबंध आ एसी दा भी प्रबंध आ पखियां दा भी प्रबंध आ इस दे नाल नाल जिहड़े बिजली दे सर्किट ने जिथे तुसीं अपना कंप्यूटर LED जिहड़ा इस्तेमाल कर सकते हो तो इस दे नाल नाल तुसीं देख सकते हो कि इहदे विच जिहड़े कर्टन भी लगाए गए ने काफ़ी आकर्षण का केंद्र ने ते जिहड़ा एक CCTV कैमरा जिहड़ा हरेक जिहड़ी घड़ी नूं वाच करेगा कि किस तरह का माहौल है उस दे बारे भी देखेगा निगाह रखेगा अपनी तिरछी निगाह साडे नाल नौजवान वीर भी मौजूद ने उन्हां नाल गलबात करते हैं जिन्हां वल्लों जिहड़ा ये ट्राली नूं तैयार किया गया सजाया गया सर तुसीं ट्राली तैयार की आ ते किद्दां दिमाग दे विच आया कि इस तरह की ट्राली जिहड़ी तैयार की आ असल विच आपां काफ़ी फिल्मां च भी देखिया वा ते बाहर जिहड़े फॉरन च घूमण भी जांदे उन्होंने भी देखिया भी जिन्हें भी फॉरन च रहिंदी आ फैमिली वो अपने छोटे छोटे कारावान रखे होंदे आ जां RVs रखियां होंदियां वह घूमण वास्ते जांदे ही रहिंदे आ ते वह अपने होटल एक्सपेंसिस नूं भी बचाउंदे आ ते जिथे भी उन्हां नूं वधिया सराउंडिंग्स मिलदियां ने वह उत्थे ही पार्क करके अपना उत्थे ही रहिंदे आ जां जे जंगलां दे विच घूमण जांदे आ जां किते वी जांदे आ वह अपनी गड्डी दे मगर टो करके इहनूं लै जांदे आ ते उत्थे आपदा इंजॉय करदे ने तां करके इह असल च असीं बणाया सीगा इक ऑफिस एक छोटा जिहा कॉन्फ्रेंस हॉल ही बनाया इह ते इह बनाया इस करके सीगा क्योंकि आपां जिवें फार्म च जांदे आ कई वारी की हुंदा किसे किसान दे एक एकड़ किते हुंदा दो एकड़ किते हुंदे आ फिर वह हरेक जगह मोटर नहीं बना सकदा हरेक जगह अपने बैठण वास्ते नहीं बना सकदा फिर यह बनाया तो सीगा भी जिथे भी वह काम चलता वा वो आपके ट्रैक्टर तो हरेक बंदे को हुंदा ही आ ट्रैक्टर के मगर पा के जिथे भी वह काम चलता उत्थे जाके बह के आराम नाल अपना काम कर सकदा अपना शड्यूल सारा देख सकदा वा इस परपज़ वास्ते मेनली बनाई गई सी जिस तरह आप कह सकते हैं कि एक जो होटल का रूम हुंदा उहदे विच जिन्नियां फैसिलिटियां ने वो सारियां इस ट्राली दे विच हाँ जी जिन्नियां कि नॉर्मल बंदे दे घर रूम दे विच हुंदियां ने नेसेसरी आपां नूं चाहीदियां ही चाहीदियां ने वो सारियां इहदे विच अवेलेबल हैगियां ने एक जिहड़ा उपर आपां टैंक का भी जिहड़ा वाटर टैंक आ उहदा भी प्रबंध किया नाल सिंक का भी प्रबंध किया शीशा भी लगाया गया इहदे विच हाँ जी वह नॉर्मली जिवें आपां बाहर किवें खेत च कम भी करदे आ जां कुछ भी अपने हथ गंदे हो गए जां कुछ भी आ आपां फिर इधर रूम च आउणा वा तां हैंडवॉश करके नीट एंड क्लीन हो के अंदर आईए इस करके रखिया भी इहदी भी सफाई रख सकीए ते आपदी भी रख सकीए ते जिस तरह हुण किसानी संघर्ष चल रहा हुण गर्मियां जिहड़ी होर तिखी होगी धुप कैड़ी होगी ते साडे किसान वीरां दे लई किस तरह जिहड़ी मददगार सिद्ध होगी ट्राली नहीं मदद इदां वा जिवें इक लोड़ हैगी आ क्योंकि उत्थे गर्मी है भी ज़्यादा वा हुण आपां कहीए भी खुल्ले दे विच जमा मेन रोड ते बैठे आ तपश तां उदां भी बहुत ज़्यादा हुंदी आ ते उत्थे इन्ना का भी गर्मी तो बचाव हो सकदा वा कि संघर्ष तां हुण संघर्ष ही है उह करना तां पैणा ही आ जे हक लैणे आ तां तुहानूं लड़ना तां पैणा ही आ ते जिहड़ा इह दिल्ली भी पहुंचूगी इह ट्राली तुसीं दिल्ली भी लै के जाओगे साडे किसान वीरां नूं जिहड़ा उत्थे हौसला अफजाई दे लई इह ट्राली पहुंचूगी जी बिल्कुल जे सानूं मौका मिलदा असीं जरूर लै के जावांगे सो तुसीं देख सकते हो कि जिहड़ी एक अनोखी ट्राली जिस दे विच जिहड़ा एक कैबन तैयार किया गया किसी होटल दे कमरे तो यह जिहड़ा कैबन घट नहीं गा क्योंकि इहदे विच सारियां सहूलतां ने सारियां सहूलतां नाल इह लैस आ ते काफ़ी आकर्षण का केंद्र भी जिहड़ा इह कैबन बनिया होया वा ते इस दे विच तुसीं देख सकते हो कि AC का भी प्रबंध आ ते पखे LED लाइटां ते कंप्यूटर भी इस दे विच आपां लगा सकते हाँ ते हुण इह जिहड़ी ट्राली आ इह दिल्ली किसान संघर्ष मोर्चे विच पहुंचेगी ते उत्थे जिहड़े साडे किसानां लई इह जिहड़ा तपदी गर्मी तो बचाउण दे लई जिहड़ा इक नवेकला साधन सिद्ध होएगी कैमरामैन गोल्डी दे नाल अमनदीप टाइम्स पंजाब TV